ਚੰਡੀਗੜ੍ਹ ਦਿੱਲੀ ਕੂਚ ਦੇ ਐਲਾਨ ਨੂੰ ਕੁਝ ਹੀ ਘੰਟੇ ਜਿਹੜੇ ਉਹ ਵਾਪਸ ਰਹਿ ਗਏ ਨੇ ਔਰ ਅੱਜ 12 ਤਰੀਕ ਨੂੰ ਸ਼ਾਮ 5 ਵਜੇ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ। ਲੇਕਿਨ ਉਸ ਦੇ ਪਹਿਲਾਂ ਤਿਆਰੀਆਂ ਜਿਹੜੀਆਂ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਪਹਿਲਾਂ ਬੈਰੀਕੇਡਿੰਗ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਸ਼ੰਭੂ ਬਾਰਡਰ 'ਤੇ ਖੜ੍ਹੇ ਹਾਂ ਇਸ ਵਕਤ ਔਰ ਜਿਸ ਤਰੀਕੇ ਦੇ ਨਾਲ ਟੇਅਰ ਗੈਸ ਜਿਹੜੇ ਉਹ ਸੁੱਟਣ ਦੇ ਲਈ ਤਿਆਰ ਨੇ ਬਿਲਕੁਲ, ਔਰ ਨਾਲ ਦੀ ਨਾਲ ਦੱਸ ਦਈਏ ਕਿ ਕਿਸ ਤਰੀਕੇ ਨਾਲ ਖਦੇੜਨ ਦੀ ਕੋਸ਼ਿਸ਼ ਕਰ ਰਹੇ ਨੇ। ਲਗਾਤਾਰ ਇਕੱਠ ਜਿਹੜੇ ਨੇ ਉਹ ਪੂਰਨ ਤੌਰ ਦੇ ਉੱਪਰ ਕੀਤੇ ਜਾ ਰਹੇ ਇਸ ਜਗ੍ਹਾ ਦੇ ਉੱਪਰ, ਔਰ ਦੱਸ ਦਈਏ ਕਿ ਲੋਕਲ ਜਿਹੜੇ ਲੋਕ ਨੇ, ਨਜ਼ਦੀਕ ਦੇ ਜਿਹੜੇ ਵਾਸੀ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਨੇ ਔਰ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਕਿਵੇਂ ਹਰਿਆਣਾ ਜਿਹੜੀ ਪੁਲਿਸ ਫੋਰਸ ਹੈ ਔਰ ਉਹਨਾਂ ਦੇ ਨਾਲ ਰੈਪਿਡ ਐਕਸ਼ਨ ਫੋਰਸ ਹੈ ਉਹ ਲਗਾਤਾਰ ਬੀਤੇ ਦਿਨੀ ਵੀ ਟੀਅਰ ਗੈਸ ਦੇ ਗੋਲੇ ਉਹ ਸੁੱਟੇ ਗਏ ਸੀ ਹੋਰ ਜਿਹੜੇ ਇਸ ਜਗ੍ਹਾ ਦੇ ਉੱਪਰ 71 ਲੋਕ ਹੋ ਰਹੇ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਸੀ ਔਰ ਉਹ ਅੱਜ ਵੀ ਜੇਕਰ ਗੱਲ ਕਰੀਏ ਤਾਂ ਲਗਭਗ ਕਈ ਲੋਕ ਜਿਹੜੇ ਨੇ ਉਹ ਇਕੱਤਰ ਹੋਏ ਨੇ ਇੱਥੇ ਔਰ ਬੀਤੇ ਦਿਨੀ ਹੀ ਵੀ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਇਕੱਤਰ ਹੋਏ ਸੀ ਔਰ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਬੈਰੀਗੇਟਿੰਗ ਕਰਨ ਦੀ ਔਰ ਜਿਹੜੇ ਲੋਕ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਖੜ੍ਹੇ ਨੇ ਔਰ ਦੂਸਰੀ ਤਰਫ ਹਰਿਆਣਾ ਦੀ ਜਿਹੜੀ ਪੁਲਿਸ ਫੋਰਸ ਹੈ ਰੈਪਿਡ ਐਕਸ਼ਨ ਫੋਰਸ ਹੈ ਉਹ ਟੇਅਰ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟਣ ਦੀਆਂ ਤਿਆਰੀਆਂ ਦੇ ਵਿੱਚ ਹੈ ਔਰ ਕੁਝ ਹੀ ਸਮੇਂ ਦੇ ਵਿੱਚ ਜੇਕਰ ਗੱਲ ਕਰੀਏ ਜਾਂ ਕਿਸੇ ਵੀ ਸਮੇਂ ਇਹ ਐਕਸ਼ਨ ਜਿਹੜਾ ਉਹ ਕੀਤਾ ਜਾ ਸਕਦਾ। ਹਾਲਾਂਕਿ ਇੱਕ ਵਾਰ ਜਿਹੜੇ ਲੋਕ ਨੇ ਉਹਨਾਂ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਵੀ ਇਸ ਲੋਕ ਜਗ੍ਹਾ ਇਸ ਜਗ੍ਹਾ ਦੇ ਉੱਪਰ ਇਕੱਤਰ ਹੋਏ ਨੇ ਔਰ ਕਿਤੇ ਨਾ ਕਿਤੇ ਇਹ ਵੀ ਜਿਹੜਾ ਸਿੱਧੇ ਤੌਰ ਦੇ ਉੱਪਰ ਇਹਨਾਂ ਨੂੰ ਚੈਲੰਜ ਵੀ ਕੀਤਾ ਜਾ ਰਿਹਾ ਕਿ ਜਿਵੇਂ ਦਿੱਲੀ ਦੇ ਵਿੱਚ ਪਿਛਲੀ ਵਾਰ ਐਲਾਨ ਕੀਤਾ ਸੀ ਔਰ ਕੂਚ ਕੀਤਾ ਗਿਆ ਸੀ ਔਰ ਹੁਣ ਵੀ ਜਿਹੜੇ ਲੋਕ ਨੇ ਉਹ ਇਕੱਤਰ ਹੋ ਰਹੇ ਨੇ। ਮੋਹਾਲੀ ਤੋਂ ਕੁਝ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਹੋਏ ਨੇ ਔਰ ਜਿਹੜੇ SKM ਗੈਰ ਰਾਜਨੀਤਿਕ ਵੱਲੋਂ ਵੀ ਐਲਾਨ ਕੀਤਾ ਔਰ ਅੱਜ ਅੰਮ੍ਰਿਤਸਰ ਤੋਂ ਰਵਾਨਾ ਜਥਾ ਉਹ ਭਾਰੀ ਗਿਣਤੀ ਦੇ ਵਿੱਚ ਹੋ ਚੁੱਕਾ ਹੈ। ਹਾਲਾਂਕਿ ਇਸ ਦੇ ਵਿੱਚ ਕੀ ਕੁਝ ਰਹਿਣ ਵਾਲਾ ਜਾਂ ਫਿਰ ਕਹੀਏ ਕਿ ਜਿਹੜੇ ਲੋਕ ਨੇ ਉਹ ਇਕੱਤਰ ਇਸ ਜਗ੍ਹਾ ਦੇ ਉੱਪਰ ਲਗਾਤਾਰ ਹੋ ਰਹੇ ਨੇ, ਗੈਰ ਜਿਹੜੇ ਰਾਜਨੀਤਿਕ SKM ਯੂਨੀਅਨ ਵੱਲੋਂ ਇਹ ਐਲਾਨ ਹੋਇਆ ਔਰ ਕਈ ਫੋਰਮ ਜਿਹੜੇ ਨੇ ਉਹਨਾਂ ਦੇ ਵਿੱਚ ਐਡ ਹੋ ਗਏ ਨੇ, ਜਿਵੇਂ ਦੁਆਬੇ ਦੀ ਇੱਕ ਜਥੇਬੰਦੀ ਅੱਜ SKM ਗੈਰ ਜਿਹੜੇ ਰਾਜਨੀਤਿਕ ਨੇ ਜਾਂ ਫਿਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਉਹਨਾਂ ਦੇ ਵਿੱਚ ਐਡ ਉਨ ਹੋ ਕੇ ਉਹਨਾਂ ਵੱਲੋਂ ਵੀ ਦਿੱਲੀ ਕੂਚ ਨੂੰ ਸ਼ਾਮਿਲ ਹੋਏ ਨੇ ਔਰ ਸਵੀਕਾਰ ਕੀਤਾ ਔਰ ਉਸਦੇ ਪਹਿਲਾਂ ਹਰਿਆਣੇ ਪ੍ਰਸ਼ਾਸਨ ਵੱਲੋਂ ਲਗਾਤਾਰ ਤਿਆਰੀਆਂ ਕੱਸੀਆਂ ਜਾ ਰਹੇ ਨੇ ਔਰ ਇਹ ਘੱਗਰ ਦਰਿਆ ਦੇ ਵਿੱਚ ਵੀ ਇਹ JCB ਦੇ ਰਾਹੀਂ ਪੱਥਰ ਜਿਹੜੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਟਰੈਕਟਰਾਂ ਨੂੰ ਇਹਨਾਂ ਰਸਤਿਆਂ ਦੇ ਵਿੱਚੋਂ ਲੰਘਣ ਨਾ ਦਿੱਤਾ ਜਾਵੇ ਔਰ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨ ਇੱਕ ਪਾਸੇ ਮੀਟਿੰਗ ਦਾ ਰੱਖਿਆ ਹੋਇਆ ਔਰ ਮੀਟਿੰਗ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹੁਣ ਕੀ ਕੁਝ ਨਿਕਲ ਕੇ ਆਉਂਦਾ ਜਾਂ ਫਿਰ ਕਹਿ ਲਈਏ ਸਿੱਧੇ ਤੌਰ ਦੇ ਉੱਪਰ ਕਿ ਐਲਾਨ ਜਿਹੜਾ ਦਿੱਲੀ ਜਾਣ ਦਾ ਕੀਤਾ ਜਾਂਦਾ ਜਾਂ ਫਿਰ ਪਹਿਲਾਂ ਤੋਂ ਹੀ ਇਹ ਮਨ੍ਹਾ ਕਰ ਦਿੱਤਾ ਜਾਂਦਾ ਹੈ। ਲੇਕਿਨ ਜੇਕਰ ਗੱਲ ਹਰਿਆਣੇ ਪ੍ਰਸ਼ਾਸਨ ਦੀ ਕਰੀਏ ਤਾਂ ਹਰਿਆਣਾ ਪ੍ਰਸ਼ਾਸਨ ਵੀ ਲਗਾਤਾਰ ਜਾਰੀ ਹੈ, ਉਹ ਖੁਦ ਬ ਖੁਦ ਵੀ ਇਹਨਾਂ ਜਗ੍ਹਾ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਪਹੁੰਚ ਕੇ ਜਾਂਚ ਪੜਤਾਲ ਵੀ ਕਰ ਰਹੇ ਨੇ ਔਰ ਨਾਲ ਦੀ ਨਾਲ ਕੀ ਕੁਝ ਜਿਹੜਾ ਇਹਨਾਂ ਦੇ ਵਿੱਚ ਰਹਿਣ ਵਾਲਾ ਹੈ ਉਹ ਵੀ ਦੱਸਦੀ ਕਿ ਇਹ ਰਸਤਾ ਜਿਹੜਾ ਹੁਣ ਬੰਦ ਕੀਤਾ ਗਿਆ ਪੱਥਰ ਸੁੱਟ ਕੇ ਤਾਂ ਜੋ ਇਸ ਰਸਤੇ ਰਾਹੀਂ ਟਰੈਕਟਰ ਜਿਹੜੇ ਨੇ ਉਹ ਨਾ ਨਿਕਲ ਸਕਣ ਔਰ ਦੂਸਰੀ ਤਰਫ ਨਾ ਕੂਚ ਕਰ ਸਕਣ, ਕਿਉਂਕਿ ਦਿੱਲੀ ਜਿਹੜਾ ਐਲਾਨ ਕੀਤਾ ਗਿਆ ਸੀ ਔਰ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਕੱਲ੍ਹ ਤੱਕ ਜਿਹੜਾ ਇੰਟਰਨੈਟ ਵੀ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ। ਲੇਕਿਨ ਚੇਤਾਵਨੀ ਵੀ ਇੱਕ ਪਾਸੇ ਕਿਸਾਨ ਅੰਦੋਲਨ ਜਿਹੜੇ ਕਰਨ ਵਾਲੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਦਿੱਤੀ ਗਈ ਕਿ ਜੇਕਰ ਕੋਈ ਵੀ ਹੱਲ ਨਹੀਂ ਨਿਕਲਦਾ ਤਾਂ ਜ਼ਰੂਰ ਦਿੱਲੀ ਕੂਚ ਜਿਹੜਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ। ਲਗਭਗ 18 ਜਿਹੜੀਆਂ ਗੈਰ ਰਾਜਨੀਤਿਕ SKM ਯੂਨੀਅਨ ਔਰ ਦੂਸਰੀਆਂ ਐਡੋਨ ਵਿੱਚ ਹੋ ਕੇ ਜਿਹੜੀਆਂ ਜਥੇਬੰਦੀਆਂ ਨੇ ਉਹ ਦਿੱਲੀ ਵਿੱਚ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਹੀ ਧਰਨਾ ਪ੍ਰਦਰਸ਼ਨ ਇਸ ਜਗ੍ਹਾ ਦੇ ਉੱਪਰ ਕਰਨਗੇ, ਕਿਉਂਕਿ ਇਹ ਰਸਤਾ ਹੀ ਹੈ ਜਿੱਥੇ ਪਿਛਲੀ ਅੰਦੋਲਨ ਦੇ ਸਮੇਂ ਸ਼ੰਭੂ ਬਾਰਡਰ ਤੋਂ ਨਿਕਲਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ
ਟਰੈਕਟਰ ਉਤਾਰ ਕੇ ਜਾਂ ਫਿਰ ਬੈਰੀਗੇਟਿੰਗ ਜਿਹੜੇ ਸੁੱਟ ਦਿੱਤੇ ਗਏ ਸੀ ਪੁਲ ਤੋਂ। ਲੇਕਿਨ ਹੁਣ ਵੱਡੀ ਜਿਹੜੀ ਬੈਰੀਗੇਟਿੰਗ ਇਸ ਜਗ੍ਹਾ ਦੇ ਉੱਪਰ ਕੀਤੀ ਹੈ, ਲਗਭਗ 10 ਲੇਅਰਾਂ ਦੇ ਵਿੱਚ ਇਹ ਬੈਰੀਗੇਟਿੰਗ ਜਿਹੜੀ ਕੀਤੀ ਗਈ ਹੈ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜ਼ਰੂਰ ਇੱਕ ਵਾਰ ਦਿਖਾਵੇ। ਲੇਕਿਨ ਬੀਤੇ 2 ਦਿਨਾਂ ਤੋਂ ਪੁਲਿਸ ਫੋਰਸ ਜਾਂ ਫਿਰ ਰੈਪਿਡ ਐਕਸ਼ਨ ਫੋਰਸ ਇਸ ਜਗ੍ਹਾ ਦੇ ਉੱਪਰ ਹੀ ਤੈਨਾਤ ਕਰ ਦਿੱਤੀ ਗਈ ਹੈ। ਲੇਕਿਨ ਹੁਣ ਕੱਲ੍ਹ ਦਾ ਦਿਨ ਜਿਹੜਾ ਉਹ ਸਵੇਰੇ ਜਾਂ ਫਿਰ ਜਿਹੜਾ ਦਿੱਲੀ ਕੂਚ ਕਰਨਾ ਕਿਸਾਨਾਂ ਨੇ ਜਾਂ ਫਿਰ ਮੀਟਿੰਗ ਤੋਂ ਬਾਅਦ ਸਹਿਮਤੀ ਬਣੇਗੀ, ਇਹ ਸਮੇਂ ਦੇ ਅਨੁਸਾਰ ਹੀ ਦੇਖਣਾ ਹੋਵੇਗਾ। ਅੱਜ ਸ਼ਾਮ ਦਾ ਸਮਾਂ ਰੱਖਿਆ ਗਿਆ ਔਰ ਉਸ ਤੋਂ ਪਹਿਲਾਂ ਵੀ ਤਿਆਰੀਆਂ ਜਿਹੜੀਆਂ ਨੇ ਉਹ ਕੀ ਕੁਝ ਹਰਿਆਣੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਨੇ। ਪੰਜਾਬ ਤੋਂ ਹਰਿਆਣੇ ਜਾਣ ਵਾਲਾ ਇਹ ਬਾਰਡਰ ਹੈ ਔਰ ਇਸ 'ਤੇ ਦੂਸਰੀ ਤਰਫ ਹੀ ਅੰਬਾਲਾ ਜਿਹੜਾ ਉਹ ਪੈਂਦਾ ਹੈ। ਲਗਭਗ 2 ਤੋਂ 3 ਕਿਲੋਮੀਟਰ ਦਾ ਹੀ ਜਿਹੜਾ ਇਸ ਰਸਤੇ ਰਾਹੀਂ ਅੰਬਾਲੇ ਦਾ ਸਫ਼ਰ ਜਿਹੜਾ ਉਹ ਰਹਿ ਜਾਂਦਾ। ਲੇਕਿਨ ਉਸ ਤੋਂ ਪਹਿਲਾਂ ਹੀ ਸ਼ੰਭੂ ਬਾਰਡਰ ਦੇ ਉੱਪਰ ਹੀ ਇਹ ਰਸਤਾ ਬਲੋਕ ਕਰਕੇ ਜਿਹੜਾ ਸੈਂਟਰ ਫੋਰਸਿਸ ਹੈ ਉਹ ਲਗਾ ਦਿੱਤੀਆਂ ਗਈਆਂ ਨੇ। ਔਰ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਕੀ ਕੁਝ ਨਿਕਲ ਕੇ ਆਉਂਦਾ ਜਾਂ ਹਰਿਆਣੇ ਦੇ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਬਿਲਕੁਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਜਿਹੜਾ ਪ੍ਰਦਰਸ਼ਨ ਉਹਨਾਂ ਦਾ ਜਾਰੀ ਰਹਿਣਾ। ਔਰ ਹੁਣ ਜਦੋਂ ਗੱਲ ਪ੍ਰਦਰਸ਼ਨ ਦੀ ਆਉਂਦੀ ਹੈ ਤਾਂ ਪ੍ਰਦਰਸ਼ਨ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਗੇ ਆਉਂਦੀਆਂ ਨੇ ਔਰ ਆਮ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਹਿੱਸੇ ਦੇ ਵਿੱਚ ਜਾਂ ਫਿਰ ਕਹਿ ਲਈਏ ਮੰਗਾਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਨੇ ਪੂਰਾ ਉਹ ਕਰਾਉਂਦੀਆਂ ਨੇ। ਲਗਾਤਾਰ ਮੀਟਿੰਗਸ ਜਿਹੜੀਆਂ ਉਹ ਚੱਲ ਰਹੀਆਂ ਨੇ ਔਰ ਜਥੇਬੰਦੀਆਂ ਦੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਇਕੱਤਰ ਲਗਾਤਾਰ ਹੋ ਰਹੇ ਨੇ ਜਾਂ ਫਿਰ ਕਹਿ ਲਈਏ ਕਿ ਜਿਹੜੇ ਦੂਰ ਦਰੇਡਿਓਂ ਕਈ ਪਹਿਲਾਂ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਨੇ, ਫਤਿਹਗੜ੍ਹ ਸਾਹਿਬ ਤੋਂ ਕੱਲ੍ਹ ਰਵਾਨਾ ਹੋਣਾ ਹੈ। ਕੱਲ੍ਹ ਰਵਾਨਾ ਸਵੇਰੇ ਪਹੁੰਚ ਕੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਕੇ 3 ਪੁਆਇੰਟ ਤੈਅ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸ਼ੰਭੂ ਬਾਰਡਰ ਹੈ ਜੋ ਕਿ ਪੰਜਾਬ ਅਤੇ ਹਰਿਆਣਾ ਨੂੰ ਕਨੈਕਟ ਕਰਦਾ, ਦੂਸਰੀ ਤਰਫ ਪਟਿਆਲੇ ਦੇ ਵਿੱਚ ਘਨੌਰੀ ਬਾਰਡਰ ਹੈ ਜੋ ਕਿ ਪਟਿਆਲੇ ਰਾਹੀਂ ਹੁੰਦਾ ਹੋਇਆ ਹਰਿਆਣੇ ਤੱਕ ਪਹੁੰਚਦਾ ਹੈ ਔਰ ਉਸਦੇ ਬਾਅਦ ਰਾਜਸਥਾਨ ਤੋਂ ਜਿਹੜਾ ਰਾਜਸਥਾਨ ਬਾਰਡਰ ਦੇ ਨਾਲ ਲੱਗਦਾ ਦੱਬ ਵਾਲੀ ਹੈ ਜੋ ਬਠਿੰਡੇ ਤੋਂ ਹੁੰਦੇ ਹੋਏ ਹਰਿਆਣੇ ਤੱਕ ਪਹੁੰਚਦਾ। ਇਹ 3 ਜਿਹੜੇ ਪੁਆਇੰਟ ਸੀ ਉਹ ਫਾਈਨਲ ਕੀਤੇ ਗਏ ਸੀ। ਲੇਕਿਨ ਉਸਦੇ ਬਾਅਦ ਕਿੱਥੋਂ ਤੱਕ ਹੁਣ ਇਹ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ, ਕਿਸਾਨ ਜਥੇਬੰਦੀਆਂ ਲਗਾਤਾਰ ਦਵਾਨਾ ਹੋ ਰਹੀਆਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਔਰ ਹੁਣ ਗੱਲਬਾਤ ਜਿਹੜੀ ਹੈ ਉਹ ਵੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਰਸਤਾ ਜਿਹੜਾ ਉਹ ਰਹਿਣ ਵਾਲਾ ਜਾਂ ਫਿਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜਾਣਾ ਹੈ। ਔਰ ਤੁਹਾਡਾ ਕੀ ਨਾਮ ਹੈ ਵੀਰ ਜੀ ਔਰ ਕਿੱਥੋਂ ਤੁਸੀਂ ਆਏ ਹੋ? ਮੇਰਾ ਨਾਮ ਹੈ ਅਮਰਪ੍ਰੀਤ ਸਿੰਘ, ਪਿੰਡ ਸ਼ੰਭੂ ਕਲਾਂ। ਜਿਵੇਂ ਹੁਣ ਤਿਆਰੀਆਂ ਕੀਤੀਆਂ ਕਿਸਾਨ ਜਥੇਬੰਦੀਆਂ ਨਾਲ ਤੁਸੀਂ ਵੀ ਸੰਬੰਧਿਤ ਹੋ, ਕਿਵੇਂ ਦੇਖਦੇ ਹੋ ਪੂਰਾ, ਵੀ ਸਹਿਮਤੀ ਬਣਦੀ ਹੈ ਜਾਂ ਫਿਰ ਅੱਗੇ ਜਾਣ ਦੀ ਲੋੜ ਪੈਣੀ? ਦੇਖੋ ਜੀ, 2 ਸਾਲ ਹੋ ਗਏ ਸਹਿਮਤੀ ਦਾ ਕੋਈ ਨਹੀਂ ਬਣਦੀ, ਜਾਣਾ ਤਾਂ ਅੱਗੇ ਹੀ ਪੈਣਾ। ਇਹ BJP ਸਰਕਾਰ ਇੱਦਾਂ ਦਾ ਮੰਨਦੀ ਨਹੀਂ ਹੈ। MSP ਦੇ ਕਾਰਨ ਸਭ ਇਕੱਲੇ ਸਾਡੀ ਲੜਾਈ ਨਹੀਂ ਹੈ, ਹਰ ਇੱਕ ਵਰਗ ਦੇ ਕਿਸਾਨ ਮਜ਼ਦੂਰ ਸਭ ਦੀ ਲੜਾਈ ਹੈ। ਫਿਰ ਔਰ ਹੁਣ ਜਿਵੇਂ ਪ੍ਰਬੰਧ ਕੀਤੇ ਆ ਹਰਿਆਣਾ ਸਰਕਾਰ ਨੇ, ਲੱਗਦਾ ਵੀ ਅੱਗੇ ਜਾਣ ਦੇਣਗੇ ਕਿਉਂਕਿ ਪੂਰਾ ਰਸਤਾ ਜਿਹੜਾ ਜਿਵੇਂ ਦੇਖ ਸਕਦੇ ਹੋ ਤੁਸੀਂ ਵੀ ਸਾਰਾ ਪੁੱਟ ਸੁੱਟਿਆ ਔਰ ਦੂਸਰੇ ਬੰਨੇ 9-10 ਲੇਅਰਸ ਦੀ ਬੈਰੀਗੇਟਿੰਗ ਕੀਤੀ ਹੋਈ ਹੈ। ਕੁਛ ਵੀ ਨਹੀਂ ਹੈ, ਇਹ ਕੁਛ ਵੀ ਨਹੀਂ ਹੈ, ਇਹ ਸ਼ੰਭੂ ਬਾਰਡਰ ਹੈ, ਪਿੱਛੋਂ ਸਾਡਾ ਵੀਰ ਹਰਿਆਣਾ ਹੈ ਸਾਡੇ ਨਾਲ, ਅੱਗੇ ਉਹ ਤੋੜੂਗਾ। ਇੱਥੇ ਸਾਡੀ ਜਥੇਬੰਦੀਆਂ, ਸਾਡੇ ਮੁੰਡੇ, ਸਾਡਾ ਜਵਾਨ, ਇਹ ਯੂਥ, ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ, ਤੁਹਾਨੂੰ ਸਵੇਰ ਨੂੰ ਆ ਕੇ ਸਾਡਾ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਹੱਥ ਹੈ, ਕੋਈ ਦਿੱਕਤ ਨਹੀਂ। ਇਹ ਸਵੇਰੀ 10 ਵਜੇ 11 ਵਜੇ ਤੁਹਾਨੂੰ ਟੁੱਟੇ ਮਿਲਣਗੇ। ਔਰ ਜਿਸ ਤਰੀਕੇ ਨਾਲ ਫਿਰ ਵੀ ਇੱਕ ਪਾਸੇ ਕੇਂਦਰੀ ਮੰਤਰੀ ਪਹੁੰਚ ਕੇ ਮੀਟਿੰਗ ਕਰਨ ਦੀ ਗੱਲ ਕਰਦੇ, ਲੇਕਿਨ ਦੂਸਰੀ ਫਿਰ ਇਹਨਾਂ ਦਾ ਵਤੀਰਾ ਜਿਹੜਾ ਤੁਸੀਂ ਦੇਖਦੇ ਹੋ ਪੁਲਿਸ ਦਾ, ਉਹ ਕਿਵੇਂ ਉਹਨੂੰ ਦੇਖਦੇ? ਸਰਕਾਰ ਮੀਟਿੰਗ ਰਾਹੀਂ ਲੋਕਾਂ ਨੂੰ ਇਸ ਪਾਸੇ ਨਾ ਆਉਣ ਦੀ ਹਦਾਇਤ ਦੇ ਰਹੀ ਹੈ। ਮੀਟਿੰਗਾਂ ਕਿੰਨੀਆਂ ਹੋ ਗਈਆਂ, ਕੋਈ ਦਾ ਕੋਈ ਸਿੱਟਾ ਨਹੀਂ ਨਿਕਲਿਆ। ਮੀਟਿੰਗਾਂ ਹੁੰਦੀਆਂ ਰਹਿਣਗੀਆਂ, ਹੋਈ ਜਾਣ ਦਿਓ, ਪਰ ਜਿਹੜਾ ਕੱਲ੍ਹ ਦਾ ਟੀਚਾ ਹੈ ਦਿੱਲੀ ਕੂਚ ਹਰ ਇਨਸਾਨ, ਕਿਸਾਨ ਮਜ਼ਦੂਰ ਸਭ ਲੋਕ ਦਿੱਲੀ ਕੂਚ ਕਰਨ ਲਈ ਤਿਆਰ ਹੈ ਜੀ। ਬੈਰੀਗੇਡ ਕਰਨ, ਜੋ ਮਰਜ਼ੀ ਵਿਛਾ ਦੇਣ, ਕੋਈ ਦਿੱਕਤ ਨਹੀਂ ਹੈ, ਸਭ ਪੁਖਤਾ ਇੰਤਜ਼ਾਮ ਹੈ। ਤੁਹਾਨੂੰ 11 ਵਜੇ ਬੈਰੀਗੇਡ ਟੁੱਟਿਆ ਵਾ ਮਿਲੂਗਾ ਜੀ। ਧੰਨਵਾਦ। ਤਾਂ ਇੱਕ ਵਾਰ ਫਿਰ ਤੋਂ ਅਖੀਰੀ ਤਸਵੀਰ ਜਿਹੜੀ ਦਿਖਾਉਂਦੇ ਹਾਂ ਵੀ ਜਿਹੜੀ ਸੈਂਟਰਲ ਦੀਆਂ ਫੋਰਸਿਸ ਲਾਈਆਂ ਹੋਈਆਂ, ਰੈਪਿਡ ਐਕਸ਼ਨ ਫੋਰਸਿਸ ਲਗਾਈਆਂ ਹੋਈਆਂ ਨੇ, ਉਹ ਲਗਾਤਾਰ
ਟੇਅਰ ਗੈਸ ਦੇ ਜਿਹੜੇ ਗੋਲੇ ਨੇ ਉਹ ਵੀ ਸੁੱਟਣ ਦੀਆਂ ਤਿਆਰੀਆਂ ਦੇ ਵਿੱਚ ਨੇ, ਕਿਉਂਕਿ ਜਦੋਂ ਲੋਕ ਜਿਹੜੇ ਇਕੱਤਰ ਹੁੰਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਇਹ ਟੇਅਰ ਗੈਸ ਦੇ ਗੋਲੇ ਜਿਹੜੇ ਉਹ ਸੁੱਟੇ ਜਾ ਰਹੇ ਨੇ। ਉਹ ਸੁੱਟਣ ਤੋਂ ਬਾਅਦ ਜਿਵੇਂ ਬੀਤੇ ਦਿਨੀ ਇਸ ਜਗ੍ਹਾ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ, ਕਹਿ ਲਈਏ ਕਿ ਜਿਹੜੇ ਟੇਅਰ ਗੈਸ ਦੇ ਗੋਲੇ ਫਾਇਰ ਕੀਤੇ ਗਏ ਸੀ, ਅੱਜ ਵੀ ਤਿਆਰੀਆਂ ਦੇ ਵਿੱਚ ਨੇ, ਟਰਾਇਲ ਜਿਹੜੇ ਪੂਰੇ ਹੋ ਰਹੇ ਨੇ। ਜਦੋਂ ਵੀ ਕੋਈ ਇੱਥੇ ਇਕੱਠ ਹੁੰਦਾ ਭਾਰੀ ਗਿਣਤੀ ਦੇ ਵਿੱਚ, ਤਾਂ ਫਿਰ ਉਹਨਾਂ ਲੋਕਾਂ ਨੂੰ ਖਦੇੜਨ ਦੇ ਲਈ ਹੀ ਇਸ ਜਗ੍ਹਾ ਦੇ ਉੱਪਰ ਜਿਹੜਾ ਟੇਅਰ ਗੈਸ ਦੇ ਗੋਲੇ ਵੀ ਫਾਇਰ ਕੀਤੇ ਜਾਣਗੇ। ਔਰ ਦੂਸਰੀ ਤਰਫ ਵਾਟਰ ਕੈਨਨ ਜਿਹੜੇ ਨੇ ਉਹ ਵੀ ਲਗਾ ਦਿੱਤੇ ਗਏ ਨੇ। ਵਾਟਰ ਕੈਨਨ ਤੋਂ ਪਹਿਲਾਂ ਲਗਭਗ 9 ਤੋਂ 10 ਲੇਅਰਸ ਜਿਹੜੀ ਬੈਰੀਗੇਟਿੰਗ ਹੈ ਉਹ ਇਸੇ ਤਰੀਕੇ ਨਾਲ ਕੀਤੀ ਗਈ। ਔਰ ਘੱਗਰ ਦਰਿਆ ਦੇ ਵਿੱਚ ਵੀ ਵੱਡੇ ਪੱਥਰ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ, ਤਾਂ ਜੋ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜਾਂ ਫਿਰ ਜਿਹੜੇ ਨੁਮਾਇੰਦੇ ਨੇ ਉਹ ਅੱਗੇ ਨਾ ਵੱਧ ਸਕਣ। ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਸ਼ੰਭੂ ਬੈਰੀਅਰ।